ਆਪਦੀਆਂ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਮਹਾਂਵਾਕ ਹਨ। ਜਾਓ ਤੋ ਪ੍ਰੇਮ ਖੇਲਣ ਕਰ ਜਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਸ ਮਾਰਗ ਪੈਰ ਤਰੀਜੈ ਸਿਰ ਦੀਜੈ, ਕਾਣ ਨਾ ਕੀਜੈ ਦੇ ਮਹਾਂਵਾਕਾਂ ਅਨੁਸਾਰ ਜੈਤੋਂ ਦੇ ਮੋਰਚੇ ਦੇ। ਸਤਿਗੁਰੂ ਜੀ ਸਮੂਹ ਸ਼ਹੀਦਾਂ ਦਾ 100 ਸਾਲ ਦਾ ਸ਼ਹੀਦੀ ਸਮਾਗਮ ਮਨਾਉਂਦਿਆਂ ਹੋਇਆ ਸ਼ਤਾਬਦੀ ਸਮਾਗਮ ਦੇ ਸੰਬੰਧ ਦੇ ਅੰਦਰ ਸ਼ਹੀਦਾਂ ਦੀ ਸ਼ਤਾਬਦੀ 100 ਸਾਲਾ 21 ਫਰਵਰੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੁੱਚਾ ਖਾਲਸਾ ਪੰਥ ਮਨਾ ਰਿਹਾ। ਅੱਜ ਇਹ ਗੁਰਦੁਆਰਾ ਟਿੱਬੀ ਸਾਹਿਬ ਸ਼ਹੀਦ ਗੰਜ ਤੋਂ ਇਹ ਮਹਾਨ ਨਗਰ ਕੀਰਤਨ ਦੀ ਜਿਹੜੀ ਸ਼ੁਰੂਆਤ ਕੀਤੀ ਗਈ ਸਤਿਗੁਰਾਂ ਦੀ ਸਰਪ੍ਰਸਤੀ ਦੇ 5 ਸਿੰਘ ਸਾਹਿਬਾਨਾਂ ਦੀ ਅਗਵਾਈ ਦੇ ਵਿੱਚ ਇਹ ਗੰਗਸਰ ਜਾ ਕੇ ਉਸ ਅਸਥਾਨ ਦੇ ਉੱਤੇ ਸਮਾਪਤੀ ਹੋਣੀ ਆ। ਸੋ ਇਹ ਅੱਜ ਉਹ ਮਰਿਆਦਾ ਜਿਹੜੀ ਪੁਰਾਣੀ ਵੀ ਕਿਵੇਂ ਸਿੰਘ ਜਾਂਦੇ ਸੀ ਤੇ ਕਿਵੇਂ ਸ਼ਹਾਦਤਾਂ ਦਿੰਦੇ ਸੀ ਉਹਨਾਂ ਦੀ ਪਵਿੱਤਰ ਯਾਦ ਦੇ ਵਿੱਚ ਨਗਰ ਕੀਰਤਨ ਦੇ ਰੂਪ ਦੇ ਵਿੱਚ ਸਾਰੀ ਸੰਗਤ ਨੇ ਅੱਜ ਏਦਾਂ ਹੀ ਤੁਰ ਕੇ ਕੁਛ ਗੱਡੀਆਂ ਦੇ ਵਿੱਚ ਜਾਣਾ ਸਾਰਿਆਂ ਨੇ। ਸੋ ਉਹਨਾਂ ਮਹਾਨ ਸ਼ਹੀਦਾਂ ਨੂੰ ਜਿੱਥੇ ਨਮਸਕਾਰ ਆ, ਨਤਮਸਤਕ ਹੁੰਦੇ ਆ,
ਉੱਥੇ ਕਾਮਨਾ ਵੀ ਕਰਦੇ ਹਾਂ ਕਿ ਸਤਿਗੁਰੂ ਜੀ ਇਹ ਜਿਹੜੀਆਂ ਤੁਸੀਂ ਸੰਦਲੀ ਪੈਰਾਂ ਸਿੱਖ ਪੰਥ ਦੇ ਵਿੱਚ ਪਾਈਆਂ, ਸਿੱਖ ਇਤਿਹਾਸ ਨੂੰ ਪੜ੍ਹਦਾ ਵੀ ਆ ਤੇ ਇਤਿਹਾਸ ਨੂੰ ਰਿਪੀਟ ਵੀ ਕਰਦਾ, ਇਹੀਓ ਕਾਰਨ ਹੈ ਕਿ ਅਜੋਕੇ ਯੁੱਗ ਦੇ ਵਿੱਚ ਵੀ ਜਦੋਂ ਕਦੋਂ ਕਿਸੇ ਨੇ ਗੁਰੂ ਘਰਾਂ ਦੇ ਵਿੱਚ ਬੇਹੁਰਮਤੀ ਕਰਨ ਦੀ ਯਤਨ ਕੀਤਾ, ਗੁਰੂ ਕੇ ਸਿੱਖਾਂ ਨੇ ਆਪਣੇ ਸੀਸ ਦੇਣ ਤੋਂ ਕਦੇ ਵੀ ਪਰਵਾਹ ਨਹੀਂ ਕੀਤੀ। ਸੋ ਉਹਨਾਂ ਮਹਾਨ ਸ਼ਹੀਦਾਂ ਦੀ ਪਵਿੱਤਰ ਯਾਦ ਦੇ ਵਿੱਚ ਆਪਾਂ ਸਾਰੇ ਨਗਰ ਕੀਰਤਨ ਦੇ ਰੂਪ ਦੇ ਵਿੱਚ ਆ ਸਾਰੇ ਨਤਮਸਤਕ ਹੋ ਰਹੇ ਹਾਂ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।